दैनिक जागरण के वैब चैनल में थोड़ा स्वागत है। शहर दी समस्यावां नूं लैके और जो पब्लिक आपो अपने घरां दे विच जो समस्यावां नाल जूझ रही है कोरोना के कारण लगे कर्फ्यू दे विच, उन्हां समस्यावां दा निपटारा कराउण दे लई और जनता दे विच और अफसरां दे विच एक पुल दा काम करन दे लई दैनिक जागरण ने उपराला कीता हैगा हैलो जागरण प्रोग्राम दे राही। और अज जो बठिंडा दे SSP डॉक्टर नानक सिंह दैनिक जागरण दे ऑफिस और उन्होंने लोगों दी समस्यावां सुनिया तुहाडे नाल सांझियां कीतियां, इस सारे ने लाइव भी देखिया। और आपां SSP साहब ने करदे आं गल के अज जो उन्होंने हैलो जागरण प्रोग्राम दे विच शिरकत कीती और लोगों नाल गलबात कीती तां ज्यादातर जो समस्यावां ने किस तरह दियां, डॉक्टर साहब तुहाडा दैनिक जागरण पहुंच ते स्वागत है, धन्यवाद। और किस तरह दियां अज कॉल आईयां ने, उन्होंने मैक्सिमम कॉल किस तरह दियां सी? सब तो पहला मैं ਤੁਹਾਡਾ ਧੰਨਵਾਦ करना ਚਾਹਾਂਗਾ कि ਤੁਸੀਂ ਮੈਨੂੰ ਓਪਰਚੁਨਿਟੀ ਦਿੱਤੀ कि अपने ਜਿਹੜੇ ਸਿਟੀਜ਼ਨਸ ਨੇ ਬਠਿੰਡਾ ਦੇ ਉਹਨਾਂ ਨਾਲ ਰੂਬਰੂ ਹੋ ਸਕਾਂ, ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਸਕਣ ਤੇ ਕੋਸ਼ਿਸ਼ ਕੀਤੀ ਜਾ ਸਕੇ ਕਿ ਉਹਨਾਂ ਨੂੰ ਮੌਕੇ ਤੇ ਹੱਲ ਕਰੀਏ ਜੀ। ਸੋ ਜ਼ਿਆਦਾਤਰ ਜਿਹੜੀਆਂ ਸੀਗੀਆਂ ਉਹ ਲੋਕਾਂ ਦੀ ਮੂਵਮੈਂਟ ਦੇ ਕੰਸਰਨ ਸੀਗਾ, ਕੋਈ ਕਹਿ ਰਿਹਾ ਕਿ ਜੀ ਅਸੀਂ ਬਾਹਰੋਂ ਆਏ ਹੋਏ ਹਾਂ ਬਠਿੰਡੇ 'ਚ ਰਹਿ ਗਏ ਹਾਂ ਲੋਕਡਾਊਨ ਕਰਕੇ, ਕਈ ਬਠਿੰਡੇ ਦੇ ਲੋਕ ਨੇ ਜਿਹੜੇ ਬਾਹਰ ਦੂਜੇ ਜ਼ਿਲ੍ਹਿਆਂ 'ਚ ਦੂਜੇ ਰਾਜਿਆਂ 'ਚ ਫਸੇ ਹੋਏ ਜੀ। ਸੋ ਈ ਪਾਸ ਬਾਰੇ ਜ਼ਿਆਦਾ ਇਸ਼ੂ ਸੀਗਾ, ਉਹਨਾਂ ਨੂੰ ਇਹੀ ਦੱਸਿਆ ਗਿਆ ਕਿ 3 ਤਰੀਕ ਤੱਕ ਹਜੇ ਲੋਕਡਾਊਨ ਹੈਗਾ। ਸੋ ਅੰਟਿਲ ਐਂਡ ਅਨਲੈਸ ਕੋਈ ਬਹੁਤ ਐਮਰਜੈਂਸੀ ਹੋਵੇ ਤੇ ਉਹ ਆਪਣੀ ਜਗ੍ਹਾ ਜਿੱਥੇ ਇਸ ਵੇਲੇ ਸਿਚੁਏਟਡ ਨੇ ਉੱਥੇ ਰਹਿਣ ਤੇ 3 ਤਰੀਕ ਤੋਂ ਬਾਅਦ ਹੀ ਮੂਵਮੈਂਟ ਕਰਨ, ਉਹ ਦੇਰ ਤੱਕ ਅਵੋਇਡ ਕਰਨ। ਕੁਛ ਜੋ ਕਾਲ ਸੀਗੀਆਂ ਜਿਹਨਾਂ ਨੇ ਮਤਲਬ ਇਹ ਖਾਲਸਾ ਜ਼ਾਹਿਰ ਕੀਤਾ ਸੀ ਕਿ ਜੋ ਬਾਹਰ ਦੇ ਲੋਕ ਬਠਿੰਡਾ ਦੇ ਵਿੱਚ ਆਏ, ਜਿਸ ਤਰ੍ਹਾਂ ਕੱਲ੍ਹ ਟਰੱਕ ਆਏ ਸੀ 75 ਲੋਕਾਂ ਦੇ ਸ਼ਾਮਿਲ ਸੀਗੇ, ਤਾਂ ਵੀ ਉਹ ਕਿਤੇ ਬਠਿੰਡੇ ਦੇ ਵਿੱਚ ਤਾਂ ਨੇ ਬਠਿੰਡੇ ਦੇ ਘਰਾਂ ਚਲੇ ਗਏ, ਉਹਦੇ ਨਾਲ ਜੋ ਬਠਿੰਡੇ ਦੇ ਲੋਕ ਆ ਉਹਨਾਂ ਨੂੰ ਖਤਰਾ ਮਹਿਸੂਸ ਹੋ ਗਿਆ? ਉਹ ਟਰੱਕ ਵਿੱਚ ਜਿੰਨੇ ਵੀ ਬੰਦੇ ਸੀ ਉਹ ਸਾਰੇ ਲੋਕੇਟ ਕਰ ਲਏ ਗਏ ਸੀ ਤੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਆਪਣੇ ਕੰਸਰਨ ਜ਼ਿਲ੍ਹਿਆਂ ਵਿੱਚ ਭੇਜ ਦਿੱਤਾ ਗਿਆ, ਜਿਹਦੇ ਵਿੱਚ 44 ਬੰਦੇ ਲੁਧਿਆਣੇ ਦੇ ਸੀ, ਬਾਕੀ ਅਲੱਗ ਅਲੱਗ ਜ਼ਿਲ੍ਹਿਆਂ ਦੇ ਸੀਗੇ, ਅੰਮ੍ਰਿਤਸਰ ਦੇ ਸੀ, ਤਰਨ ਤਾਰਨ ਦੇ ਸੀ, ਹੁਸ਼ਿਆਰਪੁਰ ਦੇ ਸੀ, ਗੁਰਦਾਸਪੁਰ ਦੇ ਸੀ, ਉਹਨਾਂ ਨੂੰ ਆਪਣੇ ਆਪਣੇ ਜ਼ਿਲ੍ਹਿਆਂ 'ਚ ਭੇਜ ਦਿੱਤਾ ਗਿਆ ਤੇ ਜਿਹੜੇ ਕੰਸਰਨਡ ਉੱਥੇ SSP ਸੀ ਉਹਨਾਂ ਨਾਲ ਮੈਂ ਪਰਸਨਲੀ ਗੱਲ ਕਰਕੇ ਉਹਨਾਂ ਦੇ ਉੱਥੇ ਟੈਸਟ ਵੀ ਹੋ ਰਹੇ ਤੇ ਉਹਨਾਂ ਨੂੰ ਕੁਆਰੰਟਾਈਨ ਵੀ ਕੀਤਾ ਜੀ। SSP ਸਾਹਿਬ ਇੱਕ ਜਿਸ ਤਰ੍ਹਾਂ ਹਰ ਬੈਠਾ ਹਰ ਵੇਲੇ ਰਹਿੰਦਾ ਪਰ ਹੁਣ ਕਿਉਂਕਿ ਕਰਫਿਊ ਲੱਗਿਆ ਹੋਇਆ ਤਾਂ ਫੇਕ ਜਿਹੜੀਆਂ ਖਬਰਾਂ ਹੈਗੀਆਂ ਉਹਦਾ ਕਾਫੀ ਰੁਝਾਨ ਹੈ ਔਰ ਜਿਹੜੇ ਪਬਲਿਕ ਹੈ ਉਹਨਾਂ ਵਿੱਚ ਪੈਨ ਕ੍ਰੀਏਟ ਹੋ ਜਾਂਦਾ ਕਿ ਮਤਲਬ ਇਹ ਖਬਰ ਸਹੀ ਹੈ ਜਾਂ ਕਿੱਥੇ ਕਹਿੰਦੇ ਵੀ ਇੱਥੇ ਇੰਨੇ ਬੰਦੇ ਜਾ ਕੇ ਕਰੋਨਾ ਇਫੈਕਟਡ ਆ ਗਏ, ਇਸ ਜਗ੍ਹਾ ਦੇ ਇੰਨੇ ਆ ਗਏ, ਤਾਂ ਉਹ ਜਿਹੜੇ ਫੇਕ ਨਿਊਜ਼ ਤੋਂ ਬਚਣ ਦੇ ਲਈ ਮਤਲਬ ਲੋਕਾਂ ਨੂੰ ਕੀ ਕਰਨਾ ਚਾਹੀਦਾ, ਕੀ ਸੁਝਾਅ ਦਿਓ? ਦੇਖੋ ਕੁਛ ਅਥਾਰਟੀਜ਼ ਨੇ ਜਿਨ੍ਹਾਂ ਕੋਲ ਇਨਫੋਰਮੇਸ਼ਨ ਔਥੈਂਟਿਕ ਹੁੰਦੀ ਹੈ, ਸੋ ਉਹਨਾਂ ਦੇ ਹੀ ਇਨਫੋਰਮੇਸ਼ਨ ਨੂੰ ਤੁਸੀਂ ਸ਼ੇਅਰ ਕਰੋ ਜੇ ਕਰਨਾ ਤੇ, ਇੱਕ ਦੂਜੇ ਦੇ ਮੈਸੇਜ ਵੇਖ ਕੇ ਅੱਗੇ ਨਾ ਸ਼ੇਅਰ ਕੀਤੇ ਜਾਣ। ਜੇ ਕੋਈ ਪਰਸਨਲ ਅਕਾਊਂਟ ਹੈ ਕਿਸੇ ਦਾ, ਵੈਰੀਫਾਈਡ ਅਕਾਊਂਟ ਹੈ ਜਿਹਦੇ ਤੇ ਉਹ ਸ਼ੇਅਰ ਕਰਦੇ ਆ, ਕੋਈ ਰਿਸਪੋਂਸੀਬਲ ਬੰਦਾ ਤੇ ਉਹਦੀ ਹੀ ਖਬਰ ਨੂੰ ਸ਼ੇਅਰ ਕੀਤਾ ਜਾਵੇ, ਅਦਰਵਾਈਜ਼ ਕੋਈ ਵੀ ਇਹੋ ਜਿਹੀ ਚੀਜ਼ ਜਿਹਦੇ ਬਾਰੇ ਤੁਹਾਨੂੰ ਫੈਕਟਸ ਕਲੀਅਰ ਨਹੀਂ ਗਏ ਉਹ ਨਾ ਸ਼ੇਅਰ ਕੀਤੀ ਜਾਵੇ। ਜੇ ਕੋਈ ਫੇਕ ਨਿਊਜ਼ ਸ਼ੇਅਰ ਕਰਦਾ ਪਾਇਆ ਜਾਂਦਾ ਜਾਂ ਕੋਈ ਸੋਸ਼ਲ ਮੀਡੀਆ ਤੇ ਪਾਉਂਦਾ ਉਹਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਔਰ ਇੱਕ ਸਰ ਕਾਫੀ ਲੋਕ ਜਿਹੜੇ ਹੈਗੇ ਨੇ ਬਠਿੰਡੇ ਜ਼ਿਲ੍ਹੇ ਦੀ ਵੀ ਗੱਲ ਕਰੀਏ ਤਾਂ ਕਰਫਿਊ ਦੀ ਉਲੰਘਣਾ ਕਰ ਰਹੇ ਹੈਗੇ ਨੇ, ਤਾਂ ਜਿਹੜੇ ਕਰਫਿਊ ਦੇ ਲੋਕ ਉਲੰਘਣਾ ਕਰਦੇ ਨੇ ਉਹਨਾਂ ਦੇ ਉੱਤੇ ਕੀ ਕਾਰਵਾਈ ਹੋ ਸਕਦੀ ਹੈਗੀ ਹੈ, ਜਾਂ ਹੁਣ ਤੱਕ ਟੋਟਲ ਕਿੰਨੇ ਹੈਗੇ ਨੇ FIR ਹੋ ਚੁੱਕੇ ਹਨ? ਇਹ ਪਿਛਲੇ 23 ਤਰੀਕ ਤੋਂ ਜੋ ਉਹਦਾ ਕਰਫਿਊ ਲੱਗਾ ਸੀ 140 FIR ਦਰਜ ਕਰ ਚੁੱਕੇ ਹਾਂ ਕਰਫਿਊ ਦੀ ਉਲੰਘਣਾ ਦੀ, ਉਹਦੇ ਵਿੱਚ 400 ਤੋਂ ਜ਼ਿਆਦਾ ਬੰਦੇ ਨੋਮੀਨੇਟ ਕੀਤੇ ਗਏ ਨੇ ਤੇ 350 ਤੋਂ ਉੱਪਰ ਉਹਨਾਂ 'ਚੋਂ ਅਰੈਸਟ ਕੀਤੇ ਗਏ। ਇਹਨਾਂ ਦੇ ਕ੍ਰਿਮੀਨਲ ਰਿਕਾਰਡਸ ਬਣਨਗੇ, ਇਹ ਉਹਨਾਂ ਦੀ ਜਿਹੜੀ PCC ਜੇ ਉਹਨਾਂ ਨੂੰ ਚਾਹੀਦਾ ਹੋਏਗਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਉਹਦੇ ਵਿੱਚ ਵੀ ਉਹ ਐਂਟਰੀ ਹੋਏਗੀ ਤੇ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਉਹਨਾਂ ਨੂੰ ਜਾਰੀ ਨਹੀਂ ਕੀਤਾ ਜਾਏਗਾ। ਇਹਦੇ ਕਾਰਨ ਕੀ ਨੁਕਸਾਨ ਹੋਵੇਗਾ, ਮਤਲਬ ਆਪਣਾ ਪਾਸਪੋਰਟ ਵਗੈਰਾ ਬਣਵਾ ਸਕਦੇ ਜਾਂ ਸਰਕਾਰੀ ਨੌਕਰੀ ਦਾ ਜਿਹੜਾ ਹੈਗਾ ਉਹਨੂੰ ਮਿਲ ਸਕਦੇ ਉਸ ਤੋਂ ਬਾਅਦ ਜਾਂ ਨਹੀਂ? ਕਿਸੇ ਵੀ ਤਰ੍ਹਾਂ ਦੀ ਜੇ ਉਹਨਾਂ ਨੂੰ ਵੈਰੀਫਿਕੇਸ਼ਨ ਚਾਹੀਦੀ ਹੈ, ਚਾਹੇ ਉਹ ਪਾਸਪੋਰਟ ਲਈ ਹੋਵੇ ਚਾਹੇ ਉਹ ਗਵਰਨਮੈਂਟ ਸਰਵਿਸ ਲਈ ਹੋਵੇ, ਈਵਨ ਕਿ ਜੇ ਤੁਸੀਂ ਕਿਧਰੇ ਕਿਰਾਏਦਾਰ ਰਹਿਣਾ ਤੇ ਉਹਦੇ ਵਾਸਤੇ ਵੀ ਟੈਨੈਂਟ ਵੈਰੀਫਿਕੇਸ਼ਨ ਹੁੰਦੀ ਹੈ, ਉਹਦੇ ਵਿੱਚ ਵੀ ਤੁਹਾਡਾ ਨੈਗੇਟਿਵ ਲਿਖਿਆ ਜਾਏਗਾ ਤੇ ਦੱਸਿਆ ਜਾਏਗਾ ਕਿ ਤੁਹਾਡੇ ਪਰਚਾ ਦਰਜ ਹੈ, ਤੁਸੀਂ ਨਾ ਤੇ ਗਵਰਨਮੈਂਟ ਜੋਬ ਕਰ ਸਕਦੇ ਹੋ ਤੇ ਨਾ ਹੀ ਤੁਹਾਡਾ ਪਾਸਪੋਰਟ ਹੈ ਜੀ। ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਠਿੰਡਾ ਇਸ ਵੇਲੇ ਜਿਹੜਾ ਹੈਗਾ ਉਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਸ਼ਾਮਲ ਹੈਗਾ ਜੋ ਗ੍ਰੀਨ ਜ਼ੋਨ ਦੇ ਵਿੱਚ ਨੇ, ਬਠਿੰਡਾ ਔਰ ਇੱਕ ਫਾਜ਼ਿਲਕਾ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚੋਂ ਸਿਰਫ ਦੋ ਹੀ ਗ੍ਰੀਨ ਜ਼ੋਨ ਦੇ ਵਿੱਚ ਨੇ, ਔਰ ਬਠਿੰਡਾ ਨੂੰ ਗ੍ਰੀਨ ਜ਼ੋਨ ਦੇ ਵਿੱਚ ਰੱਖਣ ਦੇ ਵਿੱਚ ਬਠਿੰਡਾ ਦੇ SSP ਡਾਕਟਰ ਨਾਨਕ ਸਿੰਘ ਦਾ ਜਿਹੜਾ ਹੈਗਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਹੈਗੀ ਇਹਨਾਂ ਨੇ ਸਖ਼ਤੀ ਕੀਤੀ ਹੋਈ ਹੈ, ਸਾਰੇ ਬਾਰਡਰ ਜਿਹੜੇ ਹੈਗੇ ਨੇ ਉਹ ਸੀਲ ਕੀਤੇ ਹੋਏ ਨੇ, ਉਹ ਭਾਵੇਂ ਇੰਟਰ ਸਟੇਟ ਹੋਣ ਜਾਂ ਇੰਟਰ ਡਿਸਟ੍ਰਿਕਟ ਹੋਣ, ਸਾਰੇ ਜਿਹੜੇ ਬਾਰਡਰ ਹੈ ਉਹ ਸੀਲ ਕੀਤੇ ਹੋਏ ਨੇ। ਇਸੇ ਤਰ੍ਹਾਂ ਦੀਆਂ ਤਾਜ਼ਾ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਹੁੰਦੇ ਰਹਾਂਗੇ। ਗੁਰਪ੍ਰੇਮ ਲਹਿਰੀ, ਦੈਨਿਕ ਜਾਗਰਣ, ਬਠਿੰਡਾ।